ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ ਜੀ, ਕਿੱਦਾਂ ਸਾਰੇ? ਤਾਂ ਲਾਸਟ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀਗਾ 5 ਇੰਸਟੀਟਿਊਟ ਬਾਰੇ, ਕਿੱਥੋਂ ਕੋਰਸ ਕਰੋ, ਕਿਹੜਾ ਕੋਰਸ ਕਰੋ, ਕਿੱਥੋਂ ਸਟਾਰਟ ਕਰੋ ਬੇਸਿਕ ਮਾਊਂਟੇਨਿੰਗ ਕੋਰਸ। ਹਰ ਇੱਕ ਇੰਸਟੀਟਿਊਟ 'ਚ ਸਾਲ 'ਚ ਸਿਰਫ 6 ਕੋਰਸ ਹੁੰਦੇ ਆ ਬੇਸਿਕ ਮਾਊਂਟੇਨਿੰਗ ਦੇ। ਟੋਟਲ ਆਪਾਂ ਕੈਲਕੂਲੇਟ ਕਰੀਏ ਤਾਂ 3 ਤੋਂ 3,500 ਵੈਕੈਂਸੀਆਂ ਹੁੰਦੀਆਂ ਸਿਰਫ 1 ਸਾਲ 'ਚ ਆ ਕੋਰਸ ਕਰਨ ਵਾਸਤੇ। ਐਡਮਿਸ਼ਨ ਵਾਸਤੇ ਬਹੁਤ ਸਟਰਗਲ ਕਰਨੀ ਪੈਂਦੀ ਹੈ, ਵੇਟਿੰਗ ਪੀਰੀਅਡ ਹੁੰਦਾ ਹੈ, ਟਾਈਮ ਲੱਗਦਾ ਘੱਟੋ ਘੱਟ 1 ਸਾਲ ਦਾ। ਆਰਮੀ, ਨੇਵੀ, ਏਅਰ ਫੋਰਸ 'ਚ ਜੋ ਸਰਵ ਕਰ ਰਹੇ ਆ ਉਹਨਾਂ ਵਾਸਤੇ ਵੈਕੈਂਸੀ ਅਵੇਲੇਬਲ ਹੋ ਜਾਂਦੀ ਹੈ। ਯੂਨਿਟ 'ਚ ਤੁਸੀਂ ਆਪਣੇ ਪਤਾ ਕਰਿਓ, ਤੁਹਾਨੂੰ ਜਲਦੀ ਐਡਮਿਸ਼ਨ ਮਿਲ ਜਾਂਦਾ। ਬਟ ਸਿਵਿਲੀਅਨ ਨੂੰ ਵੇਟ ਕਰਨਾ ਪੈਂਦਾ ਹੈ ਕਿਉਂਕਿ ਲਿਮਿਟਿਡ ਸੀਟ ਅਵੇਲੇਬਲ ਹੁੰਦੀ ਹੈ ਔਰ ਪੂਰੇ ਇੰਡੀਆ 'ਚੋਂ ਲੋਕ ਅਪਲਾਈ ਕਰਦੇ ਆ ਇਹ ਕੋਰਸ ਕਰਨ ਵਾਸਤੇ। ਜਿਹੜੇ ਵੀ ਇੰਸਟੀਟਿਊਟ 'ਚ ਸੀਟ ਅਵੇਲੇਬਲ ਹੈ ਅੱਜ ਹੀ ਅਪਲਾਈ ਕਰ ਦਿਓ, ਮਿਨੀਮਮ 6 ਮਹੀਨੇ ਤੋਂ 1 ਸਾਲ ਦਾ ਵੇਟਿੰਗ ਪੀਰੀਅਡ ਹੁੰਦਾ ਹੈ। ਅੱਜ ਅਪਲਾਈ ਕਰੋਗੇ ਤਾਂ 6 ਮਹੀਨਿਆਂ ਦੇ ਅੰਦਰ ਤੁਹਾਡੀ ਸੀਟ ਅਵੇਲੇਬਲ ਹੋ ਜੂਗੀ। ਨੋਰਮਲ ਫੀਸ ਲੱਗੂਗੀ 25,000, ਵੈਬਸਾਈਟ 'ਤੇ ਜਾਓ, ਚੈੱਕ ਕਰੋ। ਤੁਹਾਡੇ 'ਚੋਂ ਕਈ ਹੋਣੇ ਜਿਹੜੇ ਵੇਟ ਨਹੀਂ ਕਰ ਸਕਦੇ, ਜਿਹੜੇ ਕਹਿੰਦੇ ਮੈਂ ਹੁਣੇ ਹੀ ਕਰਨਾ ਹੈ ਕੋਰਸ ਜਾਂ ਫਿਰ ਥੋੜ੍ਹੇ ਟਾਈਮ ਦੇ ਅੰਦਰ ਹੀ ਨੈਕਸਟ 1-2 ਮਹੀਨਿਆਂ ਦੇ ਅੰਦਰ ਹੀ ਕੋਰਸ ਕਰਨਾ ਹੈ, ਤਾਂ ਤੁਹਾਡੇ ਵਾਸਤੇ ਇੱਕ ਹੋਰ ਆਪਸ਼ਨ ਅਵੇਲੇਬਲ ਹੈ। ਫੀਸ ਜ਼ਿਆਦਾ ਲੱਗੂਗੀ, ਅਰਾਊਂਡ 80,000 ਫੋਰਨਰ ਸਟੂਡੈਂਟਸ ਦੇ ਕੋਟੇ 'ਚ ਤੁਹਾਡਾ ਐਡਮਿਸ਼ਨ ਹੋ ਜੂਗਾ। ਨੈਕਸਟ ਬੈਚ 'ਚ ਹੀ ਤੁਹਾਨੂੰ ਸੀਟ ਅਵੇਲੇਬਲ ਹੋ ਜੂਗੀ। ਔਨਲਾਈਨ ਵੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ ਇਸ ਚੀਜ਼ ਦੀ, ਤੁਸੀਂ ਚੈੱਕ ਕਰਿਓ, ਔਨਲਾਈਨ ਮਿਲ ਜੂਗੀ। ਨੈਕਸਟ ਈਅਰ ਵਾਹਿਗੁਰੂ ਮਿਹਰ ਬਖਸ਼ੇ NGO ਫੋਰਮ ਹੋ ਜੂਗਾ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਵਾਸਤੇ। ਫਿਰ ਐਡਮਿਸ਼ਨ ਜਲਦੀ ਹੋ ਜੂਗਾ ਇਹਨਾਂ ਇੰਸਟੀਟਿਊਟਾਂ 'ਚ ਵਿਦ ਦ ਹੈਲਪ ਆਫ ਗਵਰਨਮੈਂਟ ਸਪੋਰਟ। ਚੰਗਾ ਜੀ, ਮਿਲਦੇ ਹਾਂ ਕੱਲ੍ਹ ਨੂੰ।